anh và ਪੰਜਾਬ ਦੀ ਨੌਜਵਾਨ ਪੀੜੀ ਵਿਦੇਸ਼ ਜਾਣ ਲਈ ਕਈ ਤਰ੍ਹਾਂ ਦੇ ਟੰਗ ਤਰੀਕੇ ਅਪਣਾ ਰਹੇ ਨੇ ਅਤੇ ਜ਼ਿਆਦਾਤਰ ਨੌਜਵਾਨ ਲੜਕੀਆਂ ਦਾ ਸਹਾਰਾ ਲੈ ਕੇ ਵਿਦੇਸ਼ ਜਾਣਾ ਚਾਹੁੰਦੇ ਨੇ ਪਰ ਠੱਗੀ ਦਾ ਸ਼ਿਕਾਰ ਹੋ ਰਹੇ ਨੇ ਤਾਜ਼ਾ ਮਾਮਲਾ ਗੁਰਦਾਸਪੁਰ ਦੇ ਪਿੰਡ ਖੋਖਰ ਤੋਂ ਸਾਹਮਣੇ ਆਇਆ ਜਿੱਥੇ ਇੱਕ ਨੌਜਵਾਨ ਲਵਪ੍ਰੀਤ ਅਤੇ ਉਸਦੇ ਪਰਿਵਾਰ ਨੇ aarop ਲਗਾਏ ਹਨ ਕਿ ਉਸਨੇ ਪਟਿਆਲਾ ਦੀ ਇੱਕ ਲੜਕੀ ਮਨਦੀਪ ਕੋਰ ਨਾਲ 6 ਸਾਲ ਪਹਿਲਾਂ ਆਪਣੇ ਲੜਕੇ ਦਾ ਵਿਆਹ ਕਰਵਾਇਆ ਸੀ ਅਤੇ ਆਪਣੇ ਕੋਲੋਂ ਲੱਖਾਂ ਰੁਪਏ ਖਰਚ ਕਰ ਲੜਕੀ ਨੂੰ ਵਿਦੇਸ਼ ਭੇਜਿਆ ਸੀ ਕਿ ਉਹ ਵਿਦੇਸ਼ ਜਾ ਕੇ ਲੜਕੇ ਨੂੰ ਵੀ ਆਪਣੇ ਨਾਲ ਲੈ ਜਾਵੇਗੀ ਪਰ ਉਸ ਦਾ ਸਿਰਫ 1 ਸਾਲ ਦਾ ਵੀਜ਼ਾ ਲਗਵਾਇਆ ਅਤੇ ਵੀਜ਼ਾ ਨੂੰ ਹੋਰ ਵਧਾਉਣ ਲਈ 5 ਲੱਖ ਰੁਪਏ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ ਉਹ ਲਗਭਗ 10 ਮਹੀਨੇ ਬਾਅਦ ਵਾਪਸ ਭਾਰਤ ਆ ਗਿਆ ਤਾਂ ਉਸ ਉੱਪਰ ਝੂਠਾ ਦਾਜ ਦਾ ਮਾਮਲਾ ਦਰਜ ਕਰਵਾ ਕੇ ਤਲਾਕ ਲੈਣ ਦੀ ਕੋਸ਼ਿਸ਼ ਕਰ ਰਹੀ ਹੈ ਪੀੜਤ ਪਰਿਵਾਰ ਨੇ ਮੰਗ ਕੀਤੀ ਹੈ ਕਿ ਇਹ ਜਹੀ ਧੋਖੇਬਾਜ਼ ਲੜਕੀ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਗੁਰਦਾਸਪੁਰ ਤੋਂ ਰੋਹਿ ਗੁਫਤਾ ਦੀ ਰਿਪੋਰਟ ਲਾਈਵ ਭਾਰਤ 17 ਦੇ ਵਿੱਚ ਅਸੀਂ ਇਹਦਾ ਵਿਆਹ ਕੀਤਾ 16 16 ਚ 16 ਦੇ ਵਿੱਚ ਅਸੀਂ ਵਿਆਹ ਕੀਤਾ ਵਾ ਮੁੜ ਕੇ ਜੜੀ ਦੀ ਘਰ ਦੀ ਆ ਮਨਦੀਪ ਗੌਰ ਉਹਨੂੰ ਅਸੀਂ 17 ਦੇ ਵਿੱਚ ਬਾਹਰ ਭੇਜ ਦਿੱਤਾ ਬਾਹਰ ਭੇਜਣ ਦੇ ਤਹਿਤ ਜਿੰਨਾ ਵੀ ਉਹਤੇ ਖਰਚ ਆਇਆ ਸਾਰਾ ਹੀ ਮੇਰੇ ਅਕਾਊਂਟ ਚੋਂ ਪੈਸਾ ਗਿਆ ਬਾਅਦ ਵਿੱਚ ਉਹਨੇ 1 ਸਾਲ ਬਾਅਦ ਇਹਨੂੰ ਬੇਟੇ ਨੂੰ ਬੁਲਾਇਆ ਨਾ ਤੇ 1 ਸਾਲ ਤੋਂ ਬਾਅਦ ਮੁੜ ਕੇ ਜਦੋਂ ਇਹ ਗਿਆ ਵਾ ਤੇ 2 ਕੁ ਮਹੀਨੇ ਮਤਲਬ ਇਹ ਸਹੀ ਰਹੀ ਆ ਤੇ 2-3 ਮਹੀਨੇ ਤੋਂ ਬਾਅਦ ਬੱਸ ਇਹਨੇ ਲੜਨਾ ਸ਼ੁਰੂ ਕਰ ਦਿੱਤਾ ਬੇਟਾ ਡਿਪਰੈਸਨ 'ਚ ਰਹਿੰਦਾ ਸੀ ਤੇ ਇੰਨੇ ਫਿਰ ਵਾਪਸ ਆ ਗਿਆ ਵਾਪਸ ਆਉਣ ਤੋਂ ਬਾਅਦ ਅਸੀਂ ਨੂੰ ਫੇਰ ਭੇਜਿਆ ਵੀ ਕੋਈ ਗੱਲ ਨਹੀਂ ਆਪੇ ਵੀਜ਼ਾ ਦੇਗੀ ਪਰ ਜਾਂਦਿਆਂ ਜਦੋਂ ਇਹ ਗਿਆ ਵਾ ਉਹਨੇ ਉੱਥੋਂ ਆਪਣਾ ਸਮਾਨ ਚੁੱਕਿਆ ਪਤਾ ਨਹੀਂ ਕਿਹੜੀ ਜਗ੍ਹਾ ਚਲ ਗਈ ਆ ਉਹ ਨਹੀਂ ਮੁੜ ਕੇ ਮਿਲੀ ਮੁੜ ਕੇ ਬਾਅਦ ਵਿੱਚ ਇਹਨੇ ਫੋਨ ਤੇ ਵੀ ਅਸੀਂ ਕੀਤਾ ਤੇ ਮਾਪਿਓ ਕੋ ਵੀ ਗਏ ਆ ਵੀ ਉਹਦੇ ਮੁੰਡੇ ਦਾ ਵੀਜ਼ਾ ਵਧਾ ਦਿਓ ਪਰ ਲੇਕਿਨ ਇਹਨਾਂ ਦੇ ਕੰਨ ਤੇ ਜੂ ਨਹੀਂ ਸਰਕੀ ਇਹ ਕਹਿੰਦੇ ਵੀ ਨਹੀਂ ਆਏ ਉਹ ਪਿਓ ਕਹਿੰਦਾ ਵੀ ਆਪਾਂ ਲੜਕੀ ਨੂੰ ਪੁੱਛਾਂਗੇ ਲੜਕੀ ਕਹਿੰਦੀ ਪਿਓ ਨੂੰ ਪੁੱਛਾਂਗੇ ਇਦਾਂ ਕਰਕੇ ਤੇ ਇਹਨਾਂ ਨੇ ਸਾਨੂੰ ਹਰਾਸਮੈਂਟ ਕੀਤਾ ਬਾਅਦ ਵਿੱਚ ਫਿਰ ਬੇਟਾ ਵਾਪਸ ਆ ਗਿਆ ਜਦੋਂ ਵਾਪਸ ਆਇਆ ਤਾਂ ਜਦੋਂ ਵਾ ਇਹ ਅਜੇ ਬਾਹਰ ਹੀ ਘਰ ਤੇ ਉਹਨਾਂ ਨੇ ਕੀਤਾ ਹੀ ਇਹਨਾਂ ਤੇ ਕੇਸ ਕੀਤਾ ਦਾ ਪਹਿਲਾਂ ਤਾਂ ਕਹਿੰਦਾ ਜੀ ਇਹ ਕੁੜੀ ਨੂੰ ਮਾਰਦਾ ਕੁੱਟਦਾ ਹੈ ਸ਼ਰਾਬ ਪੀਂਦਾ ਹੈ ਕਿਉਂਕਿ ਸਾਡਾ ਬੇਟਾ ਤਾਂ ਨਾ ਕੋਈ ਨਸ਼ੇ ਨੂੰ ਹੱਥ ਹੀ ਲੋਂਦਾ ਤੇ ਇਹਨਾਂ ਨੇ ਇਲਜ਼ਾਮ ਲਾਇਆ ਵੀ ਇਹ ਸ਼ਰਾਬ ਪੀਂਦਾ ਤੇ ਦਾਜ ਦੀ ਮੰਗ ਕਰਦਾ ਅਸੀਂ ਇੱਕ ਇੱਕ ਰੁਪਏ ਦਾ ਇਹਨਾਂ ਕੋਈ ਦਾਜ ਨਹੀਂ ਮੰਗਿਆ ਤੇ ਬਾਅਦ ਵਿੱਚ ਫਿਰ ਇਹਨਾਂ ਨੇ ਸਾਡੇ ਨਾਲ ਕੁਣਾ ਬੋਦਲਾ ਛੱਡ ਦਿੱਤਾ ਫਿਰ ਅਸੀਂ ਅਹੀਂ ਵੀ ਬੈਗਜ ਉਪਰ ਕੇ ਵੀ ਜੋ ਕਰਨਗੇ ਫਿਰ ਠੀਕ ਆ ਬਾਅਦ ਵਿੱਚ ਇਹਨਾਂ ਨੇ ਹਟ ਤੇ ਇਹਨਾਂ ਨੇ ਕੋਰਟ ਕੇਸ ਕੀਤਾ ਪਹਿਲਾਂ ਇਹਨਾਂ ਨੇ ਵੂਮਨ ਸੈਲ ਚ ਕੀਤਾ ਵੂਮਨ ਸੈਲ ਚ ਇਹਨਾਂ ਲਿਖਤੀ ਰੂਪ ਦੇ ਵਿੱਚ ਇਹਨਾਂ ਨੇ ਵਾਪਸ ਲਈ ਫਾਈਲ ਪੇ ਇਹਨਾਂ ਨੂੰ ਇਹ ਫੈਸਲਾ ਮਨਜ਼ੂਰ ਨਹੀਂ ਆ ਅਸੀਂ ਕੋਰਟ ਚ ਫੈਸਲਾ ਜੋ ਹੋਏਗਾ ਉਹ ਵੇਖਾਂਗੇ ਕਿੰਨੇ ਪੈਸੇ ਲੱਗ ਪਈ ਜਾਈ ਆਹੀਂ ਇਹਨੂੰ 25 ਲੱਖ ਰੁਪਏ ਲੱਗਿਆ ਜੀ ਟੋਟਲ ਸਾਡੇ ਤੇ 25 ਲੱਖ ਦੇ ਲੱਗਿਆ ਸਾਰਾ ਸਾਡੇ ਅਕਾਊਂਟ ਚੋਂ ਟ੍ਰਾਂਸਫਰ ਹੋਇਆ ਹੋਂ ਵੀ ਆਹੀ ਰਸੀਦਾਂ ਜਿਹੜੀਆਂ ਨੇ ਬੈਂਕ ਦੀਆਂ ਜਿਹੜੀਆਂ ਸਟੇਟਮੈਂਟਾਂ ਨੇ ਸਾਰੀਆਂ ਅਸੀਂ ਨਾਲ ਲਾਈਆਂ ਨੇ ਪੈਸਾ ਮੈਂ ਮਲਾਜਮ ਹੀ ਨੌਕਰੀ ਕਰਦਾ ਸੀ ਚਾਰ ਗਲਾਂ ਜ਼ਮੀਨ ਵਿੱਚ 10 ਲੱਖ ਦੀ ਆਪਾਂ ਲਿਮਿਟ ਬਣਾਈ ਸੀ ਉਹ ਸਾਰਾ ਪੈਸਾ ਫਿਰ ਮੁੜ ਕੇ ਸਾਨੂੰ ਉਤਾਰਨਾ ਪਿਆ ਗਿਆ ਉਹ ਸਾਰਾ ਪੈਸਾ ਇਹਦੇ ਅਕਾਊਂਟ ਚ ਆਹੀ ਜਮਾ ਕਰਾਤੀਆਂ ਫੀਸਾਂ ਤੇ ਬਾਅਦ ਵਿੱਚ ਸਾਨੂੰ ਫਿਰ ਜਿਹੜੀ ਮੈਨੂੰ ਪੈਨਸ਼ਨ ਦਾ ਉਹ ਜਿਹੜੀ ਰਿਟਾਇਰਮੈਂਟ ਦੇ ਪੈਸਾ ਮਿਲਿਆ ਉਹ ਮੈਂ 10 ਲੱਖ ਰੁਪਈਆ ਉਹਦਾ 11 ਲੱਖ ਪਾਇਆ ਵਿਆਜ ਬਣ ਗਿਆ ਤੇ ਉਹ ਅਸੀਂ ਲਾਇਆ ਉਹਨੀ ਕੁੜੀ ਨਾਲ ਗੱਲਬਾਤ ਹੁੰਦੀ ਹੁਣ ਨਹੀਂ ਜੀ ਸਾਨੂੰ ਉਹਨੇ ਜਿਉਂ ਗਈ ਆ ਸਾਨੂੰ ਇੱਕ ਵਾਰੀ ਫੋਨ ਨਹੀਂ ਕੀਤਾ ਤੇ ਆਹੀਂ ਕੋਸ਼ਿਸ਼ ਕੀਤੀ ਸਭੋਂ ਇੱਕ ਵਾਰੀ ਮੇਰੇ ਨਾਲ ਗੱਲ ਹੋਈ ਆ ਤੇ ਐਵੇਂ ਨਾਮਰਾ ਦੀ ਗੱਲ ਹੋਈ ਆ ਗੱਲ ਨਹੀਂ ਉਹ ਜਿਹੀ ਹੋਈ ਤੇ ਨਹੀਂ ਨਾ ਹੀ ਇਹਨਾਂ ਦਾ ਮਾਪਿਓ ਬੋਲਦਾ ਸੀ ਸਾਡੇ ਨਾਲ ਨਾ ਹੀ ਆਹੀਂ ਜੇ ਫੋਨ ਕਰਦੇ ਆ ਤੇ ਉਹ ਗਾੜੀਆਂ ਟਿਚਕਰਾ ਕਰਦੇ ਸਾਨੂੰ ਫਿਰ ਇਹਦਾ ਜਿਹੜਾ ਪਿਓ ਆ ਉਹ ਪੁਲਿਸ ਚੋਂ ਰਿਟਾਇਰ ਹੋਇਆ ਉਹ ਸਾਨੂੰ ਦਬਕੇ ਮਾਰਦਾ ਵੀ ਮੈਂ ਤੁਹਾਨੂੰ ਸਾਰੇ ਟੱਬਾਂ ਨੂੰ ਅੰਦਰ ਕਰਾਂਗੇ ਜੇ ਕੋਈ ਗੱਲ ਹੋਈ ਤੇ ਮੈਂ ਪੁਲਿਸ ਚੇਹੇ ਆ ਗਿਆ ਮੈਨੂੰ ਸਾਰੇ ਕਾਨੂੰਨਾਂ ਦਾ ਪਤਾ ਕੁੜੀ ਕਿੱਥੇ ਰੈਡੀ ਕਿਹੜੀ ਕੰਟਰੀ ਦੀ ਕੁੜੀ ਹੁਣ ਪਟਿਆਲੇ ਆ ਜੀ ਆਓ ਕੈਨੇਡਾ ਆ ਜੀ ਟ੍ਰਾਂਟੋਰ ਦੀ ਬ੍ਰਮਟਨ ਰਹਿੰਦੀ ਕੁੜੀ ਉਹ ਗਲਤ ਬਤ ਜੀ ਕਿੰਨਾ ਝੋ ਗਿਆ ਕਰਦਾ ਤੋਈ ਨਾ ਜੀ ਉਦੋਂ ਹੀ ਹੋਈ ਜਦੋਂ ਇਹ ਗਈ ਆ ਬਸ ਬਾਅਦ ਵਿੱਚ ਸਾਡੇ ਕੇ ਪਰਿਵਾਰ ਨਾਲ ਗੱਲ ਨਹੀਂ ਹੋਈ ਉਹਦੀ ਕੀ ਮੰਗ ਕਰਦੇ ਮੰਗਾ ਹੀ ਇਹੋ ਕਰਦੇ ਸਾਨੂੰ ਇਨਸਾਫ ਚਾਹੀਦਾ ਜਾਂ ਤਾਂ ਸਾਡਾ ਪੈਸਾ ਵਾਪਸ ਦੇਵੇ ਤੇ ਜਾਂ ਫਿਰ ਇਹਨੂੰ ਰਿਪੋਰਟ ਕੀਤਾ ਜਾਵੇ ਮੇਰਾ ਬਿਆ ਮਨਦੀਪ ਪੁੱਤਰੀ ਦਾਰ ਗੁਰਦੇਵਾਲ ਸਿੰਘ ਵਾਸੀ ਪਟਿਆਲਾ ਨਾਲ ਪਹਿਲਾ ਕੋਰ ਮੈਰੀ 15 9 ਸਤੰਬਰ 2015 ਵਿੱਚ ਹੋਈ ਉਸ ਤੋਂ ਬਾਅਦ ਸਿਕਰਤੀ ਰਿਵਾਜਾਂ ਨਾਲ 12 April 2016 ਨੂੰ ਮੇਰਾ ਵਿਆਹ ਹੋ ਗਿਆ ਜਿਸ ਤੋਂ ਬਾਅਦ 1 ਸਾਲ ਮੇਰੇ ਨਾਲ ਰਹੀ ਹੈ 1 ਸਾਲ ਮੇਰੇ ਨਾਲ ਰਹਿਣ ਤੋਂ ਬਾਅਦ ਚਲੋ ਆਪਣਾ ਦੋਨਾਂ ਦੀ ਮਰਜ਼ੀ ਨਾਲ ਚਲੋ ਕੈਨੇਡਾ ਦੀ ਫਾਈਲ ਲਾ ਦਿੰਦੇ ਆ ਆਪਾਂ ਕੈਨੇਡਾ ਦਾ ਪਹਿਲਾ ਇਹ 2.5 ਬੈਂਡ ਸੀ 2.5 ਬੈਂਡ ਤੋਂ ਬਾਅਦ ਜਦੋਂ ਫਾਈਲ ਨਹੀਂ ਲੱਗਣੀ ਸੀ ਤੇ ਉਸ ਤੋਂ ਬਾਅਦ ਆਪਾਂ ਪੀਟੀ ਕਰਵਾਈ ਜਿਹਦੇ ਵਿੱਚ ਇਹਦੇ 51 ਸਕੋਰ ਆਇਆ 95 ਕੋਰ ਲੈ ਕੇ ਫਿਰ ਆਪਾਂ ਫਾਈਲ ਅਪਲਾਈ ਕੀਤੀ ਕੈਨੇਡਾ ਦੀ ਕੈਨੇਡਾ ਦਾ ਵੀਜ਼ਾ ਆ ਗਿਆ 18 ਜਨਵਰੀ 2017 ਨੂੰ ਇਹਦਾ ਵੀਜ਼ਾ ਮਿਲ ਗਿਆ ਸੀ ਉਸ ਤੋਂ ਬਾਅਦ ਜੀ ਇਹਦੀ ਫਲਾਈਟ ਸੀਗੀ 24 ਨੂੰ 24 ਨੂੰ ਕੋਈ ਕਾਰਨ ਕਰਕੇ ਕਾਲਜ ਦੇ ਕਰਕੇ ਉਹ ਕੈਨਸਲ ਹੋ ਗਈ ਫਿਰ 21 ਨੂੰ ਜਾਣਾ ਪਿਆ 21 ਨੂੰ ਟਿਕਟ ਕਰਵਾ ਕੇ ਭੇਜ ਦਿੱਤਾ ਗਿਆ ਜਦੋਂ ਇਹ ਬਾਹਰ ਗਈ ਆ ਉਸ ਤੋਂ 1 ਸਾਲ ਬਾਅਦ ਮੈਨੂੰ ਬੁਲਾਇਆ ਵਾ ਮੈਂ ਬਹੁਤ ਤਰਲੇ ਤਰਲੇ ਮਾਇ ਵੀ ਮੈਨੂੰ ਬੁਲਾ ਲਾ ਬੁਲਾ ਲਾ ਬੁਲਾ ਲਾ ਫਿਰ ਮੈਨੂੰ ਟੋਕਦੀ ਰਹੀ ਵੀ ਹਾਂ ਅੱਜ ਬੁਲਾਉਂਗੀ ਕੱਲ ਬੁਲਾਉਂਗੀ ਫਿਰ ਇੱਕ ਦਿਨ ਆਗੇ 2018 April ਚ ਮੇਰਾ ਵੀਜ਼ਾ ਆ ਗਿਆ ਮੈਨੂੰ ਵੀਜ਼ਾ ਮਿਲ ਗਿਆ ਜਦੋਂ ਮੈਂ 20 ਮਈ 2018 ਨੂੰ ਗਿਆ ਵਾਂ ਕੈਨੇਡਾ ਗਿਆ ਵਾਂ ਤੇ ਮੇਰੇ ਨਾਲ ਦੋ ਦੋ ਤਿੰਨ ਮਹੀਨੇ ਬਹੁਤ ਵਧੀਆ ਰਹੀ ਐ ਉਸ ਤੋਂ ਬਾਅਦ ਮੇ ਨਾਲ ਲੜਾਈ ਕਰਦੀ ਦੀ ਮਾਰੀ ਮੋਟੀ ਨਿੱਕੀ ਮੋਟੀਆਂ ਗੱਲਾਂ 'ਤੇ ਲੜਦੀ ਰਹਿਣਾ ਖੇਜਦੇ ਰਹਿਣਾ ਤੇ ਮੇਰਾ ਵੀਜ਼ਾ ਇੱਕ ਮੈਨੂੰ ਇੱਕ ਸਾਲ ਦਾ ਵੀਜ਼ਾ ਮਿਲਿਆ ਸੀ April 2018 ਤੋਂ April 2019 ਤੱਕ ਜਦੋਂ ਮੇਰਾ ਵੀਜ਼ਾ ਲੱਗ ਗਿਆ ਜਦੋਂ ਮੀਨਸ ਮੈਂ 7-8 ਮਹੀਨੇ ਰਹਿ ਚੁੱਕਿਆ ਸੀ ਉੱਥੇ ਜਦੋਂ ਅਪ੍ਰੈਲ ਲੱਗੇ ਆ ਰਿਹਾ ਸੀ ਤੇ ਮੈਂ ਇਹਨੂੰ ਕਿਹਾ ਵੀ ਮੇਰਾ ਵੀਜ਼ਾ ਐਕਸਟੈਂਡ ਕਰਾ ਦੇ ਤਾਂ ਸਟੱਡੀ ਪਰ ਜਿੰਨੀ ਦੇਰ ਦਾ ਸਟੱਡੀ ਪਰਮਿਟ ਹੀ ਉਨੀ ਦੇਰ ਮੇਰਾ ਵਰਕ ਪਰਮਿਟ ਲੱਗ ਗਿਆ ਸੀ ਇਹਨੂੰ ਫਿਰ ਸਟੱਡੀ ਪਰ ਇਹਨੂੰ ਵਰਕ ਪਰਮਿਟ ਮਿਲ ਗਿਆ ਸੀ 3 ਸਾਲ ਦਾ ਜਿਸ ਜਿਸ ਦੇ ਥਰੂ ਮੇਰਾ ਵੀ ਐਕਸਟੈਂਡ ਹੋਣਾ ਸੀ ਮੈਨੂੰ ਬੜੀ ਵਾਰ ਕਿਹਾ ਕਿ ਮੇਰਾ ਐਕਸਟੈਂਡ ਕਰਵਾ ਦੇ ਤੇ ਇਹ ਬਾਅਦ ਚੋਂ ਇਹਨਾਂ ਨੇ ਪਾਣੀ ਕੀ ਗੱਲ ਹੋਈ ਜੀ ਇਹਨਾਂ ਨੇ ਆਪਣੇ ਫੈਮਿਲੀ 'ਚ ਕੋਈ ਡਿਸਕਸ਼ਨ ਕੀਤੀ ਹੋਗੀ ਜਿਸ ਤੇ ਮੈਂ ਇਹ ਮੇਰੇ ਕੋਲ 5 ਲੱਖ ਰੁਪਏ ਮੰਗਣ ਲੱਗ ਪਈ ਮੈਨੂੰ 5 ਲੱਖ ਦੇਣਗੇ ਤੇ ਮੈਂ ਤੇਰਾ ਵੀਜ਼ਾ ਐਕਸਟੈਂਡ ਕਰਨਾ ਵਾ ਚਲੋ ਜਦੋਂ 29 26 April 2016 ਨੂੰ 2018 ਨੂੰ ਮੇਰਾ ਵੀਜ਼ਾ ਖਤਮ ਹੋਣਾ ਸੀ ਤੇ ਮੈਂ ਇਹਨਾਂ ਨੂੰ ਲਾਸਟ ਤੱਕ ਜਦੋਂ ਮੈਂ ਇੰਡੀਆ ਆਉਣਾ ਸੀ ਲਾਸਟ ਤੱਕ ਮੈਂ ਬਹੁਤ ਰਿਕਵੈਸਟ ਕੀਤੀ ਤੇ ਇਹ ਕਹਿੰਦੀ ਵੀ ਚਲੋ ਮੈਂ ਆਪਣੇ ਫਾਦਰ ਨੂੰ ਪੁੱਛੂੰਗੀ ਫਾਦਰ ਨੂੰ ਪੁੱਛਿਆ ਤੇ ਉਹ ਕਹਿੰਦੀ ਮੈਂ ਆਪਣੇ ਬੇਟੇ ਗੂੜੀਆਂ ਬੇਟੀ ਨੂੰ ਪੁੱਛਾਂਗਾ ਐਦਾਂ ਇਹਨਾਂ ਨੇ ਗੋਲ ਮੋਲ ਕਰਕੇ ਸਭ ਕੁਝ ਮੈਨੂੰ ਮੇਰਾ ਟਾਈਮ ਵੇਸਟ ਕਰਵਾ ਦਿੱਤਾ ਤੇ 26 April 2018 ਨੂੰ ਮੈਂ ਇੰਡੀਆ ਆ ਗਿਆ ਵਾਂ ਇੰਡੀਆ ਆਣ ਕੇ ਜਦੋਂ ਮੈਂ ਦੇਖਿਆ ਤੇ ਇਹਨਾਂ ਨੇ ਮੇਰੇ ਤੇ ਇੱਕ ਤਲਾਕ ਦਾ ਕੇਸ ਕੀਤਾ ਸੀ। ਇਹ ਬਾਕੀ ਇਹਨਾਂ ਵੂਮਨ ਸੈਲ ਪਟਿਆਲਾ ਦੇ ਵਿੱਚ ਮੇਰੇ ਤੋਂ ਦਾਜ ਮੰਗਣ ਦੇ ਕੇ ਦਾਜ ਮੰਗਣ ਦਾ ਤੰਗ ਪ੍ਰੇਸ਼ਾਨ ਕਰਨ ਦਾ ਲਗਜ਼ਰੀ ਗੱਡੀ ਮੰਗਣ ਦਾ ਇਹ ਕੇਸ ਕੀਤਾ ਜਿੱਥੇ ਕਿ ਇਹਨਾਂ ਨੇ ਝੂਠੇ ਪਾਏ। ਝੂਠੇ ਪਾਏ ਗਏ ਇਹਦੇ ਨਾਲ ਆਪਣਾ ਵੂਮਨ ਸੈਲ ਚੋਂ ਕੇਸ ਵਾਪਸ ਲੈ ਆ ਕੇ ਲਿਖਤੀ ਬਿਆਨ ਦਿੱਤਾ ਕਿ ਮੈਨੂੰ ਵੂਮਨ ਸੈਲ ਤੇ ਯਕੀਨ ਨਹੀਂ ਹੈਗਾ ਤੇ ਮੈਂ ਜੋ ਵੀ ਕਾਰਵਾਈ ਹੈ ਜੱਜ ਸਾਹਿਬ ਪਟਿਆਲਾ ਡਿਸਟ੍ਰਿਕਟ ਕੋਰਟ ਚ ਕੋਈ ਕਰਾਉਣਾ ਚਾਹੁੰਦਾ ਫੈਮਿਲੀ ਕੋਰਟ ਚੋਂ। ਹੋਨ ਮੇਰਾ ਮੈਂ ਜਦੋਂ ਇੰਡੀਆ ਆਇਆ ਤੇ ਮੈਨੂੰ ਪਤਾ ਲੱਗਾ ਮੈਂ April 2018 ਚ ਇੰਡੀਆ ਆ ਰਿਹਾ ਤੇ ਇਹਨਾਂ ਨੇ ਮੇਤੇ ਡਿਵੋਰਸ ਦਾ ਕੇਸ ਫਰਵਰੀ 18 ਫਰਵਰੀ 2000 19 ਦਾ 19 ਦਾ ਫੇਰ ਫਾਈਲ ਕੇਸ ਕੀਤਾ ਹੋਇਆ ਵਾ ਮੈਂ ਜਦੋਂ ਮੈਂ ਕੈਨੇਡਾ ਸੀ ਉਸ ਤੋਂ ਪਹਿਲਾਂ ਹੀ ਇਹਨਾਂ ਦੀ ਪਹਿਲਾਂ ਹੀ ਸੋਚੀ ਸਮਝੀ ਸਾਜ਼ਿਸ਼ ਬਣ ਗਈ ਸੀ ਸਾਰੇ ਪਰਿਵਾਰ ਦੀ ਵੀ ਇਹਨਾਂ ਨੇ ਮੇਤੇ ਕੇਸ ਕੀਤਾ ਇਨਾ ਪੈਸਾ ਖਰਚਿਆ ਗਿਆ ਕੁੜੀਆਂ ਉੱਪਰ ਖਰਚਿਆ ਸਰ ਲਗਭਗ ਲਗਭਗ 25 ਤੋਂ 30 ਲੱਖ ਦੇ ਵਿੱਚ ਵਿੱਚ ਸਾਰਾ ਖਰਚਾ ਮੇਰੇ ਫਾਜ਼ਲ ਸਾਹਿਬ ਦੇ ਅਕਾਊਂਟ 'ਚੋਂ ਗਿਆ ਮੇਰੇ ਅਕਾਊਂਟ 'ਚੋਂ ਗਿਆ ਮੈਂ ਕੋ ਸਾਰੀਆਂ ਰਸੀਦਾਂ ਪਈਆਂ ਜੀ ਜੋ ਵੀ ਖਰਚਾ ਹੋਇਆ ਕੀ ਮੰਗ ਕਰਦੇ ਮੈਂ ਇਹੋ ਮੰਗ ਕਰਦਾ ਵਾਂ ਵੀ ਇਹ ਆ ਜੀ ਕੁੜੀਆਂ ਨੇ ਰਿਪੋਰਟ ਕਰਨਾ ਚਾਹੀਦਾ ਵਾ ਤੇ ਜੋ ਆਪ ਜੋ ਇਹਨਾਂ ਦੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ ਮੈਂ ਨਹੀਂ ਹੈਗਾ ਮੇਰੇ ਨਾਲ ਹੋਰ ਬਹੁਤ ਮੇਰੇ ਵਰਗੇ ਹੋਰ ਵੀ ਬਹੁਤ ਜਾਣੇ ਨੇ ਜਿਨ੍ਹਾਂ ਨਾਲ ਇਹ ਸਭ ਕੁਝ ਬੀਤੇ ਆ